ਪੇਸ਼ ਕਰਨ ਜਾ ਰਹੀ ਹੈ ਜਦੋਂ ਮਿਰਜ਼ਾ ਸਾਹਿਬਾ ਨੂੰ ਭਜਾ ਕੇ ਲੈ ਜਾਂਦਾ ਤੇ ਆਪਣੀ ਜੂਹ ਤੇ ਜਾ ਕੇ ਆਰਾਮ ਨਾਲ ਆਰਾਮ ਕਰਨ ਲੱਗ ਜਾਂਦਾ ਤੇ ਸੌ ਜਾਂਦਾ ਉੱਥੋਂ ਦੀ ਅੱਖ ਲੱਗ ਜਾਂਦੀ ਹੈ ਸਾਹਿਬਾ ਬੜੀ ਡਰੀ ਡਰੀ ਮਿਰਜ਼ੇ ਨੂੰ ਹਲੂਣ ਦੀ ਉਹ ਮਿਰਜ਼ਿਆ ਘੋੜੇ ਦੀਆਂ ਟਾਪਾਂ ਸੁਣਦੀਆਂ ਉੱਠ ਖੜ ਮਿਰਜ਼ਾ ਕਹਿੰਦਾ ਇਹ ਮੇਰੀ ਜੂਹ ਹੈ ਕਿਉਂ ਡਰਦੀ ਹੈ ਰਾਇਤਰੀ ਕਹਿੰਦੇ ਅਰੰਨੇ ਬਹਿ ਜਾ ਨਾਲ ਯਕੀਨ ਦੇ ਕਿਉਂ ਹੋਈ ਹੈ ਦਲਗੀਰ ਪਰ ਉਹ ਮਿਰਜ਼ਾ ਸਾਹਿਬਾ ਦੇ ਭਰਾ ਉਹਨੂੰ ਘੇਰ ਲੈਂਦੇ ਨੇ ਤੀਰਾਂ ਨਾਲ ਵਿੰਨ ਦਿੰਦੇ ਨੇ ਉਸਦੇ ਪਿੱਛੇ ਉਸਦੇ ਭਰਾ ਤੇ ਉਸਦੇ ਪਿਤਾ ਮਿਰਜ਼ੇ ਦੀ ਲਾਸ਼ ਨੂੰ ਮਿਰਜ਼ੇ ਦਾ ਪਿਤਾ ਪੱਟਾਂ ਵਿੱਚ ਲੈ ਕੇ ਮਿਰਜ਼ੇ ਦੀ ਲਾਸ਼ ਨੂੰ ਪੱਟਾਂ ਵਿੱਚ ਰੱਖ ਕੇ ਬੜਾ ਵਿਰਲਾਪ ਕਰਦਾ ਰੋਹ ਵਿੱਚ ਆ ਕੇ ਆਪਣੇ ਪੁੱਤਰਾਂ ਨੂੰ ਕੀ ਕਹਿੰਦਾ ਸੁਣ ਨਾ ਸਰਗੋਰ
शुक्रिया, बहुत बहुत मेहरबानी। जिंदी रहे बीबी।